ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਪੀਡੀਐਫ ਦੇ ਸੰਬੰਧ ਵਿੱਚ ਛੋਟੀ ਜੀ ਜਾਣਕਾਰੀ ਹੈ ਤੁਹਾਡੇ ਸਾਰਿਆਂ ਦੇ ਲਈ ਤਾਂ ਇਹ ਵਾਲਾ ਐਪ ਤੁਸੀਂ ਦੇਖ ਰਹੇ ਹੋਗੇ ਕਲਾਸ ਸਕੈਨ ਐਪ ਹੈ ਮੇਰੇ ਕੋਲੇ ਪਲੇ ਸਟੋਰ ਦੇ ਵਿੱਚ ਜਾ ਕੇ ਇਹ ਵਾਲਾ ਐਪ ਤੁਸੀਂ ਡਾਊਨਲੋਡ ਕਰ ਲੈਣਾ ਹੈ ਠੀਕ ਹੈ ਜੀ ਇਹ ਵਾਲਾ ਐਪ ਜਿਹੜਾ ਪਲੇ ਸਟੋਰ ਚ ਡਾਊਨਲੋਡ ਕਰ ਲਓਗੇ ਸਕੈਨ ਪੀਡੀਐਫ ਤੇ ਜਾਣਾ ਹੈ ਅਸੀਂ ਸਕੈਨ ਪੀਡੀਐਫ ਦੇ ਵਿੱਚ ਬਿੜਾ ਅਗਰ ਤੁਸੀਂ ਪਿਕ ਕਰਕੇ ਮੰਨ ਲਓ ਨਾਲ ਦੀ ਨਾਲ ਵੀ ਸੈਂਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਿਕ ਕਰ ਲੈਣੀ ਆ ਆਪਣਾ ਕੋਈ ਵੀ ਤੁਹਾਡਾ ਪੇਪਰ ਹੈ ਉਸ ਦੀ ਪਿਕ ਕਰੋ ਠੀਕ ਹੈ ਪਿਕ ਕਰਨ ਤੋਂ ਬਾਅਦ ਮੈਂ ਤੁਹਾਨੂੰ ਥੋੜਾ ਪ੍ਰੈਕਟੀਕਲ ਦਿਖਾ ਦਿੰਦਾ ਠੀਕ ਹੈ ਜੀ ਅਸੀਂ ਇਹ ਪਿਕ ਕਰ ਰਹੇ ਹਾਂ ਇਸ ਤਰ੍ਹਾਂ ਤੁਸੀਂ ਪਲੇਨ ਪਲੇਨ ਪਿਕਸ ਕਰ ਲੈਣੀਆਂ ਹਨ ਲਗਾਤਾਰ ਪਿਕ ਹੋ ਗਈਆਂ ਪਿਕ ਹੋ ਗਈ ਇਸ ਤਰ੍ਹਾਂ ਪੇਜ ਵਾਈਜ਼ ਤੁਸੀਂ ਆਪਣੀਆਂ ਪਹਿਲਾਂ ਪਿਕਸ ਕਰ ਲੈਣੀਆਂ ਹੈ ਜਾਂ ਜੋ ਵੀ ਤੁਸੀਂ ਪੀਡੀਐਫ ਬਣਾਉਣਾ ਚਾਹਦੇ ਹੋ ਜਿਸ ਵੀ ਪੇਪਰ ਦੀ ਤੁਹਾਡੇ ਦੋ ਪੇਜ ਨੇ ਤਿੰਨ ਪੇਜ ਨੇ ਪੇਜ ਵਾਈਜ਼ ਠੀਕ ਹੈ ਪੇਜ ਨੰਬਰਿੰਗ ਤਾਂ ਤੁਹਾਨੂੰ ਪਤਾ ਹੀ ਹੋਏਗੀ ਅਗਰ ਫਰੰਟ ਵੀ ਇੱਕ ਫਰੰਟ ਬੈਕ ਪੇਜ ਨੇ ਤਾਂ ਉਸੇ ਤਰ੍ਹਾਂ ਹੀ ਪੇਜ ਨੰਬਰਿੰਗ ਕਰਨੀ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਉਸ ਦੀ ਕੀ ਹੈ ਜਿਹੜੀ ਪਹਿਲਾਂ ਪਿਕਸ ਲੈ ਲੈਣੀਆਂ ਹਨ ਸਾਫ ਸਾਫ ਉਸ ਤੋਂ ਬਾਅਦ ਇਸ ਨੂੰ ਇੰਪਰੋਸੀਡ ਕਰ ਦੇਣਾ ਹੈ ਨਾਲ ਦੇਖੋ ਗ੍ਰੀਨ ਕਲਰ ਦਾ ਇਸ ਤੇ ਕਲਿੱਕ ਕਰ ਦੇਣਾ ਹੈ ਅਸੀਂ ਔਨ ਕ੍ਰੋਪ ਫੁੱਲ ਕਰ ਦਿਓ ਇਸ ਤੋਂ ਬਾਅਦ ਅਸੀਂ ਇਸ ਦੀ ਸੈਟਿੰਗ ਵੀ ਕਰ ਸਕਦੇ ਹਾਂ ਆਰਾਮ ਦੇ ਨਾਲ ਉਸ ਤੋਂ ਬਾਅਦ ਨੈਕਸਟ ਨੈਕਸਟ ਕਰਕੇ ਅਸੀਂ ਇਸ ਤਰ੍ਹਾਂ ਇਹਦੀ ਕੀ ਹੈ ਸੈਟਿੰਗ ਕਰ ਲੈਣੀ ਹੈ ਕਿ ਪੇਜ ਜਿਹੜਾ ਸਹੀ ਆ ਰਿਹਾ ਹੈ ਸਾਡਾ ਠੀਕ ਹੈ ਕੋਈ ਕਟਿੰਗ ਤਾਂ ਨਹੀਂ ਹੋ ਰਹੀ ਇਹ ਮੈਂ ਵੈਸੇ ਤੋਂ ਡੰਗ ਐਗਜ਼ਾਮਪਲ ਦੇ ਤੌਰ ਤੇ ਇਸ ਦਾ ਤੁਸੀਂ ਸਾਰੇ ਇਹ ਕ੍ਰਾਪ ਕਰ ਦੇ ਲਈ ਠੀਕ ਹੈ ਸਾਰੇ ਹੁਣ ਤੋਂ ਬਾਅਦ ਡਨ ਠੀਕ ਹੈ ਕੋਈ ਵੀ ਫਿਲਟਰ ਨਹੀਂ ਲਗਾਉਣਾ ਸਿੰਪਲ ਹੀ ਕਰਨਾ ਹੈ ਫਿਲਟਰ ਨਾ ਲਗਾਓ ਕੋਈ ਵੀ ਤਾਂ ਕਿ ਤੁਹਾਡੇ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਓਕੇ ਜੀ ਡਨ ਹੋ ਗਿਆ ਹੈ ਡਨ ਹੋਣ ਤੋਂ ਬਾਅਦ ਤੋਂ ਉਹ ਇਥੇ ਜਿਹੜੀ ਤੁਹਾਡੇ ਪੀਡੀਐਫ ਜਿਹੜੀ ਉਹ ਸਕੈਨ ਹੋਈ ਨਜ਼ਰ ਆ ਜਾਏਗੀ ਉਸ ਤੋਂ ਬਾਅਦ ਦੈਨ ਤੁਸੀਂ ਉਸ ਨੂੰ ਕੀ ਹੈ ਸੈਂਡ ਕਰ ਸਕਦੇ ਹੋ ਕਿਤੇ ਵੀ ਤੁਸੀਂ ਉਸ ਨੂੰ ਸੈਂਡ ਕਰਨਾ ਚਾਹੋ ਤਾਂ ਠੀਕ ਹੈ ਥੋੜੀ ਨੈਟਵਰਕ ਪ੍ਰੋਬਲਮ ਕਰਕੇ ਥੋੜਾ ਟਾਈਮ ਲੱਗ ਰਿਹਾ ਹੈ ਠੀਕ ਹੈ ਓਕੇ ਇਸ ਤਰ੍ਹਾਂ ਤੁਸੀਂ ਆਪਣੀ ਪੀਡੀਐਫ ਸਕੈਨ ਕਰਕੇ ਫਿਰ ਉਸ ਨੂੰ ਸਬਮਿਟ ਕਰ ਦੇਣਾ ਹੈ ਔਰ ਉਸ ਨੂੰ ਰੀਨੇਮ ਵੀ ਕਰ ਸਕਦੇ ਹੋ ਤੁਸੀਂ ਆਪਣੀ ਪੀਡੀਐਫ ਨੂੰ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਕਿ ਜਿਸ ਤਰ੍ਹਾਂ ਤੁਸੀਂ ਅਸੀਂ ਇਹ ਵਾਲੀ ਪੀਡੀਐਫ ਕੀਤੀ ਸੀ ਇਹ ਦੇਖੋ ਇੱਥੇ ਰੀਨੇਮ ਆ ਗਿਆ ਰੀਨੇਮ ਤੇ ਜਾਓ ਇਸ ਤੇ ਕਲਿੱਕ ਕਰੋ ਇਸ ਨੂੰ ਕੱਟ ਕਰਕੇ ਬਾਅਦ ਵਿੱਚ ਉੱਥੇ ਜਿਹੜਾ ਤੁਸੀਂ ਆਪਣਾ ਨਾਮ ਜਿਹੜਾ ਜੋ ਵੀ ਤੁਸੀਂ ਆਪਣਾ ਨਾਮ ਹੈ ਉੱਥੇ ਭਰ ਦੇਣਾ ਹੈ ਵਿਦ્રોલ ਨੰਬਰ ਠੀਕ ਹੈ ਤੇ ਉਸ ਨੂੰ ਤੁਸੀਂ ਜਦ ਸੇਵ ਕਰੋਗੇ ਕੀ ਕਹਤਾ ਫਿਰ ਜਦ ਤੁਸੀਂ ਕਿਸੇ ਨੂੰ ਵੀ ਪੀਡੀਐਫ ਭੇਜੋਗੇ ਤੁਹਾਡੇ ਨਾਮ ਨਾਲ ਜਾਏਗੀ ਇਥੋਂ ਹੀ ਅਸੀਂ ਇਸ ਨੂੰ ਕੀ ਹੈ ਸ਼ੇਅਰ ਡਾਕੂਮੈਂਟ ਕਰ ਦੇਣਾ ਹੈ ਐਜ਼ ਅ ਪੀਡੀਐਫ ਸੇਵ ਐਜ਼ ਅ ਪੀਡੀਐਫ ਸ਼ੇਅਰ ਡਾਕੂਮੈਂਟ ਸ਼ੇਅਰ ਡਾਕੂਮੈਂਟ ਤੁਸੀਂ ਪੀਡੀਐਫ ਸੈਂਡ ਕਰ ਰਹੇ ਹੋ ਤਾਂ ਇਸ ਤਰ੍ਹਾਂ ਕਰਕੇ ਅਸੀਂ ਇਸ ਨੂੰ ਸੈਂਡ ਕਰ ਦੇਣਾ ਠੀਕ ਹੈ ਜੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਕਾਫੀ ਜ਼ਿਆਦਾ ਹੈਲਪਫੁਲ ਰਹੇਗੀ ਇਹ ਵੀਡੀਓ ਵੀਡੀਓ ਚੰਗੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕਿਉਂਕਿ ਇਸ ਕਾਫੀ ਜ਼ਿਆਦਾ ਬੱਚਿਆਂ ਨੂੰ ਇਸ ਦੀ ਪ੍ਰੋਬਲਮ ਆ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਪੀਡੀਐਫ ਕ੍ਰੀਏਟ ਕਰਕੇ ਭੇਜ ਸਕਦੇ ਹਾਂ ਤਾਂ ਇਸ ਤਰ੍ਹਾਂ ਤੁਸੀਂ ਇਹ ਪੀਡੀਐਫ ਬਣਾ ਲੈਣੀ ਹੈ ਕੋਈ ਵੀ ਐਪ ਆ ਜਿਹੜਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹ ਮੈਨੂੰ ਈਜ਼ੀ ਰਿਹਾ ਸੀ ਮੇਰੇ ਲਈ ਐਪ ਇਸ ਲਈ ਮੈਂ ਤੁਹਾਨੂੰ ਇਸ ਦੇ ਵਿਸ਼ੇ ਵਿੱਚ ਦੱਸਿਆ ਓਕੇ ਬੇਟਾ ਧੰਨਵਾਦ